ਪੀਆਰਟੀਸੀ ਕਰਮਚਾਰੀ ਦੀ ਡਿਊਟੀ ਦੌਰਾਨ ਗਰਮੀ ਦੇ ਕਾਰਨ ਮੌਤ ਹੋ ਗਈ। ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ। ਮ੍ਰਿਤਕ ਬਰਨਾਲਾ ਦੇ ਵਿੱਚ ਪੀਆਰਟੀਸੀ ਡਿਪੋ ਦੇ ਵਿੱਚ ਮਿਸਤਰੀ ਦਾ ਕੰਮ ਕਰਦਾ ਸੀ। ਪਟਿਆਲਾ ਦੇ ਵਿੱਚ ਇੱਕ ਖਰਾਬ ਹੋਈ ਪੀਆਰਟੀਸੀ ਦੀ ਬੱਸ ਦੀ ਮੁਰੰਮਤ ਕਰਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ ਹਸਪਤਾਲ ਲੈ ਜਾਂਦੇ ਹੋਏ ਉਸਨੇ ਆਪਣਾ ਦਮ ਤੋੜ ਦਿੱਤਾ। ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ ਅਤੇ ਇਸ ਸਿਲਸਿਲੇ ਦੇ ਵਿੱਚ ਪੀਆਰਟੀਸੀ ਦੇ ਮੁਲਾਜ਼ਮ ਯੂਨੀਅਨ ਨੇ ਪੀਆਰਟੀਸੀ ਮੈਨੇਜਮੈਂਟ ਦੇ ਨਾਲ ਦੋ ਬੈਠਕਾਂ ਕੀਤੀਆਂ ਪਰ ਦੋ ਬੈਠਕਾਂ ਦੇ ਬਾਅਦ ਵੀ ਕੋਈ ਵੀ ਮੰਗ ਨਹੀਂ ਮੰਨੀ ਗਈ। ਰੋਸ ਵਜੋਂ ਬਰਨਾਲਾ ਡਿਪੂ ਦੀਆਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ ਉਸ ਸਮੇਂ ਤੱਕ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ ਤੇ ਡਿਪੋ ਵੀ ਬੰਦ ਰਹਿਣਗੇ। ਸਾਡੀ ਘਟਨਾ ਵਾਪਰੀ ਹੈ। ਕੱਲ ਸਾਡਾ ਇੱਕ ਵਰਕਰ ਸੀਗਾ ਮਿਸਤਰੀ ਸਾਥੀ ਜੋ ਕਿ ਪਟਿਆਲੇ ਤੋਂ ਆਉਂਦੇ ਸਮੇਂ ਇੱਕ ਸਾਡੀ ਗੱਡੀ ਸੀ ਪੀਆਰਟੀਸੀ ਜਿਹੜੀ ਉਹ ਰਸਤੇ ਵਿੱਚ ਬ੍ਰੇਕ ਡਾਊਨ ਹੋ ਗਈ ਸੀਗੀ। ਉਸਨੂੰ ਟੈਂਟ ਕਰਕੇ ਲੈ ਕੇ ਆ ਰਿਹਾ ਸੀ ਉਹ ਅਤੇ ਕੱਲ੍ਹ ਗਰਮੀ ਜ਼ਿਆਦਾ ਹੋਣ ਕਾਰਨ ਰਸਤੇ ਵਿੱਚ ਆਉਂਦੇ ਸਮੇਂ ਥੋੜ੍ਹੀ ਉਸਦੀ ਹਾਲਾਤ ਦੀ ਸਿਹਤ ਵਿਗੜ ਗਈ ਸੀਗੀ। ਉਸ ਕਰਕੇ ਉਹ ਸ਼ਾਮ ਨੂੰ ਅਸੀਂ ਬਰਨਾਲਾ ਹੋਸਪਿਟਲ ਦੇ ਵਿੱਚ ਬੱਸ ਸਮੇਤ ਜਾ ਕੇ ਦਾਖਲ ਕਰਵਾਇਆ। ਦਾਖਲ ਕਰਵਾਉਣ ਤੋਂ ਬਾਅਦ 15-20 ਮਿੰਟ ਬਾਅਦ ਹੀ ਡਾਕਟਰ ਸਾਹਿਬ ਸਾਨੂੰ ਉਹਨੂੰ ਮਿੱਤਰ ਘੋਸ਼ਿਤ ਕਰਤਾ ਸੀਗਾ। ਸੋ ਉਹਨਾਂ ਨੂੰ ਘੱਟ ਤੋਂ ਘੱਟ ਵੀ ਹੁਣ 40-42 ਘੰਟੇ ਬੀਤਣ ਦੇ ਬਾਵਜੂਦ ਵੀ ਹਜੇ ਤੱਕ ਸਾਡੀ ਕਿਸੇ ਮੈਨੇਜਮੈਂਟ ਨੇ ਸਰਕਾਰ ਨੇ ਕੋਈ ਸਾਰ ਨਹੀਂ ਲਿੱਤੀ ਹੈਗੀ। ਅੱਜ ਦਿਨੇ ਸਾਨੂੰ ਮੈਨੇਜਮੈਂਟ ਨੇ ਪੀਆਰਟੀਸੀ ਹੈੱਡ ਆਫਿਸ ਪਟਿਆਲਾ ਵਿਖੇ ਬੁਲਾਇਆ ਗਿਆ ਸੀਗਾ ਜਿੱਥੇ ਸਾਡੀ ਮੁੱਖ ਮੰਗ ਸੀਗੀ ਵੀ ਉਹਨਾਂ ਨੂੰ ਜੋ ਮਾਲੀ ਮਦਦ ਹੈਗੀ ਉਹ ਦਿੱਤੀ ਜਾਵੇ, ਨਾਲ ਉਹਨਾਂ ਦੇ ਪਰਿਵਾਰ ਨੂੰ ਜੋ ਨੌਕਰੀ ਦੇ ਸਹਾਇਤਾ ਦਿੱਤੀ ਜਾਵੇ। ਪਰ ਮੈਨੇਜਮੈਂਟ ਨੇ ਸਾਡੀ ਕੋਈ ਵੀ ਸਾਰ ਨਹੀਂ ਲਿੱਤੀ ਹੈਗੀ, ਨਾ ਹੀ ਕਿਸੇ ਮਾਲੀ ਮਦਦ 'ਤੇ ਉਹਨਾਂ ਨੇ ਹਾਮੀ ਭਰੀ ਹੈਗੀ ਕਿ ਨਿਗੂਣੀਆਂ ਤਨਖਾਹਾਂ ਨੇਗੀਆਂ। ਇਸ ਕਰਕੇ ਸਾਡੀ ਬੇਨਤੀ ਹੈ ਤੁਹਾਡੇ ਮੀਡੀਆ ਰਾਹੀਂ ਕਿ ਸਾਡੇ ਸਾਥੀ ਨੂੰ 40-42 ਘੰਟੇ ਬੀਤਣ ਦੇ ਬਾਵਜੂਦ ਉਹਨਾਂ ਦੀ ਡੈੱਡ ਬੋਡੀ ਹੈਗੀ ਉਹ ਬਰਨਾਲਾ ਸਰਕਾਰੀ ਹੋਸਪਿਟਲ ਦੇ ਵਿੱਚ ਪਈ ਹੈਗੀ। ਉਹਨਾਂ ਦਾ ਨਾ ਤਾਂ ਹਜੇ ਤੱਕ ਪੋਸਟਮਾਰਟਮ ਹੋ ਸਕਿਆ ਗਾ, ਨਾ ਹੀ ਕੋਈ ਸਾਡੀ ਸਰਕਾਰ ਨੇ ਜਾਂ ਮੈਨੇਜਮੈਂਟ ਨੇ ਕੋਈ ਸਾਰ ਲਿੱਤੀ ਹੈਗੀ। ਤੁਹਾਡੇ ਮੀਡੀਆ ਰਾਹੀਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਅੱਜ ਦੋ ਮੀਟਿੰਗਾਂ ਹੋਣ ਦੇ ਬਾਵਜੂਦ ਮੈਨੇਜਮੈਂਟ ਨੇ ਸਾਡੀ ਕੋਈ ਵੀ ਸਾਰ ਨਹੀਂ ਲਿੱਤੀ ਹੈਗੀ, ਨਾ ਹੀ ਕੋਈ ਬਣਦਾ ਮੁਆਵਜ਼ਾ ਦੇਣ ਦੀ ਹਾਮੀ ਭਰੀ ਹੈਗੀ। ਤੁਹਾਡੀ ਬੇਨਤੀ ਹੱਥ ਬੰਨ ਕੇ ਵੀ ਜੋ ਉਹਨਾਂ ਦਾ ਬਣਦਾ ਮੁਆਵਜ਼ਾ ਗਾ ਉਹ ਦਿੱਤਾ ਜਾਵੇ, ਉਹਦੇ ਪਰਿਵਾਰ ਨੂੰ ਇੱਕ ਨੌਕਰੀ ਦਿੱਤੀ ਜਾਵੇ। ਜੇਕਰ ਸਰਕਾਰ ਸਾਡੀ ਗੱਲਬਾਤ ਨਹੀਂ ਸੁਣਦੀ, ਅੱਜ ਅਸੀਂ ਪੂਰਨ ਤੌਰ 'ਤੇ ਬਰਨਾਲਾ ਡਿਪੋ 'ਚ ਬੱਸਾਂ ਨੇਗੀਆਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਨੇਗੀਆਂ। ਜੇ ਗੱਲਬਾਤ ਸਾਡੀ ਕੱਲ੍ਹ ਨੂੰ ਨਾ ਸੁਣੂਗੀ ਸਰਕਾਰ ਤਾਂ ਅਸੀਂ ਕੱਲ੍ਹ ਨੂੰ 12 ਵਜੇ ਤੋਂ ਬਾਅਦ ਪ੍ਰੋਪਰ ਜੋ ਸਾਡੇ ਬਾਕੀ ਡਿਪੂ ਬਣਦੇ ਨੇਗੇ ਉਹ ਵੀ ਬੰਦ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਉਹਦੇ ਡੈੱਡ ਬੋਡੀ ਨੂੰ ਲਿਆ ਕੇ ਅਸੀਂ ਡਿਪੂ ਦੇ ਗੇਟ ਅੱਗੇ ਰੱਖਾਂਗੇ। ਸਾਡੀ ਤੁਹਾਡੇ ਮੀਡੀਆ ਰਾਹੀਂ ਬੇਨਤੀ ਹੈ ਵੀ ਇਹੋ ਜਿਹੀ ਕੋਈ ਨੌਬਤ ਨਾ ਵੀ ਤਾਂ ਸਾਨੂੰ ਇਹੋ ਜਿਹਾ ਕੁਛ ਕਰਨਾ ਪਵੇ। ਸਰਕਾਰ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈਗੀ ਵੀ ਸਾਡੀ ਗੱਲਬਾਤ ਸੁਣੀ ਜਾਵੇ। ਸਾਡਾ ਜਿਹੜਾ ਵਰਕਰ ਸੀਗਾ ਠੀਕ ਹੈ ਉਹ ਡਿਊਟੀ ਦੇ ਦੌਰਾਨ ਗੱਡੀ ਸਾਡੀ ਖਰਾਬ ਹੋ ਗਈ ਸੀ ਪਟਿਆਲੇ, ਠੀਕ ਹੈ। ਪਟਿਆਲੇ ਜਦੋਂ ਉਸ ਨੂੰ ਅਟੈਂਡ ਕਰਨ ਗਿਆ ਜਿਹੜੀ ਕਿ 8:37 ਤੋਂ ਉੱਥੋਂ ਚੱਲੀ ਸੀਗੀ, ਦੁਪਹਿਰੋਂ ਉੱਥੇ ਖੜੀ ਰਹੀ ਹੈ ਗੱਡੀ, ਠੀਕ ਹੈ। ਉੱਥੋਂ ਅਟੈਂਡ ਕਰਕੇ ਉਹ ਵਾਪਸ ਆ ਰਿਹਾ ਸੀਗਾ, ਵਾਪਸ ਆਉਂਦੇ ਕਰਕੇ 3 ਵਾਰੀ ਰਸਤੇ ਦੇ ਵਿੱਚ ਫਿਰ ਯਾਨੀ ਕਿ ਗੱਡੀ ਖਰਾਬ ਹੋ ਗਈ। ਉਸ ਤੋਂ ਬਾਅਦ ਦੇ ਵਿੱਚ ਉਹਨੂੰ ਅਚਾਨਕ ਉਹਦੀ ਤਬੀਅਤ ਵਿਗੜ ਗਈ, ਤਬੀਅਤ ਵਿਗੜੀ ਹੋਈ। ਉਦੋਂ ਬਾਅਦ ਦੇ ਵਿੱਚ ਇੱਥੇ ਪ੍ਰਣਾਲੀ ਜਦੋਂ ਲੈ ਕੇ ਆਉਂਦਾ ਯਾਨੀ ਕਿ ਸਿੱਧਾ ਹੋਸਪਿਟਲ ਦੇ ਵਿੱਚ ਹੀ ਐਡਮਿਟ ਕਰਤਾ ਜੀ ਉਹਨਾਂ ਨੂੰ ਜਾ ਕੇ, ਪਰ ਉੱਥੇ ਜਾਣ ਸਾਰ ਉਹਨਾਂ ਦੀ ਯਾਨੀ ਕਿ ਡੈਥ ਹੋ ਗਈ। ਪ੍ਰਸ਼ਾਸਨ ਤੋਂ ਜੀ ਮੰਗ ਇਹੀ ਚਾਹੁੰਦੇ ਹੈਗੇ ਕਿਉਂਕਿ ਉਹਦੇ ਯਾਨੀ ਕਿ ਬੈਕ ਆ, ਇੱਕ ਤਾਂ ਬੜੀ ਮਾਤਾ ਜੀ ਉਹ ਵੀ ਬਿਮਾਰ ਆ, ਇੱਕ ਜਿਹੜਾ ਉਹਦਾ ਵੱਡਾ ਬਰਾਦਰ ਆ ਜੀ ਉਹਨੂੰ ਕੈਂਸਰ ਦੀ ਪ੍ਰੋਬਲਮ ਆ ਅਤੇ ਘਰ ਵਾਲੇ ਵੀ ਬਿਮਾਰ ਰਹਿੰਦੇ ਜੀ। ਉਹਦੇ 2 ਬੱਚੇ ਆ, 1 ਬੇਟਾ 1 ਬੇਟੀ ਆ ਜੀ, ਅਤੇ ਜਿਹੜਾ ਉਹਨੂੰ ਯਾਨੀ ਕਿ ਮਾਲੀ ਹੱਕ ਬਣਦਾ ਗਾ ਉਹ ਉਹਨੂੰ ਦਿੱਤਾ ਜਾਵੇ। ਅਗਲਾ ਜੀ ਅੱਜ ਯਾਨੀ ਕਿ ਮੀਟਿੰਗ ਸੀਗੀ ਆਪਣੇ MD ਸਾਹਿਬ ਨਾਲ, ਸਾਰੇ GM ਸਾਹਿਬ ਵੀ ਉੱਥੇ ਮੌਜੂਦ ਸੀਗੇ।
ਤੇ ਉਹਨਾਂ ਨੇ ਪਹਿਲਾਂ ਵਾਲੀਆਂ ਗੱਲਾਂ 'ਤੇ ਫਿਰ ਆ ਗਏ, ਟਾਲ ਮਟੋਲ ਕਰਦੇ ਰਹੇ ਵੀ ਇੱਦਾਂ ਕਰਕੇ ਵੀ ਇੱਧਰੋਂ ਤੁਹਾਨੂੰ ESC ਤੋਂ ਦਵਾ ਦਾਂਗੇ, ਇੱਧਰੋਂ ਦਵਾ ਦਾਂਗੇ, ਠੀਕ ਹੈ। ਉੱਥੇ ਜਾਣੀ ਕਿ ਸਾਡੀ ਸਹਿਮਤੀ ਨਹੀਂ ਬਣੀ ਜੀ, ਕਿਉਂਕਿ ਸਾਡੇ ਦੋ ਡੈਥਾਂ ਪਹਿਲਾਂ ਹੋ ਚੁੱਕੀਆਂ ਮੁੰਡਿਆਂ ਦੀਆਂ, ਲੁਧਿਆਣਾ ਡਿਪੂ ਦੇ ਵਿੱਚ ਸੀਗਾ, ਇੱਕ ਸਾਡੇ ਪਟਿਆਲਾ ਡਿਪੂ ਦੇ ਵਿੱਚ ਸੀਗਾ। ਜਾਣੀ ਕਿ ਉਹਨਾਂ ਨੂੰ ਕੋਈ ਮਦਦ ਨਹੀਂ ਦਿੱਤੀ, ਜਿਹੜੀ ਮਦਦ ਦਿੱਤੀ ਹੈਗੀ ਉਹ ਸਾਡੇ ਆਪਦੇ ਕਰਮਚਾਰੀ ਆ ਜਿਹੜੇ ਵਰਕਰ ਹੈਗੇ ਉਹ ਆਪ ਜੀ ਇਕੱਠੇ ਕਰਕੇ ਦਿੰਦੇ ਪਏ। ਜੇਕਰ ਜੀ ਹੁਣ ਜਾਣੀ ਕਿ ਅਸੀਂ ਸਾਰਾ ਗੱਡੀਆਂ ਆਪਣੀਆਂ ਨੈਟ 'ਤੇ ਭੇਜੀਆਂ ਨੇ ਜੀ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਵੇਰ ਵਾਲਾ ਟਾਈਮ ਹੋਊਗਾ, ਠੀਕ ਆ, 12 ਵਜੇ ਤੱਕ, ਜੇਕਰ 12 ਵਜੇ ਤੱਕ ਸਾਡੀ ਕੋਈ ਮੰਗ ਪੂਰੀ ਹੁੰਦੀ ਆ ਤਾਂ ਠੀਕ ਆ, ਨਹੀਂ ਮੁਕੰਮਲ ਜਿਹੜੇ ਸਾਡੇ PRTC ਆਜ਼ਾਦ ਆ ਅਤੇ PRTC ਦੀ ਪਣ ਬੱਸ, ਠੀਕ ਆ, ਜਾਣੀ ਕਿ ਦੋਨਾਂ ਦੀ ਸਹਿਮਤੀ ਦੇ ਨਾਲ 29 ਦੇ 27 ਦੇ 27 ਡਿਪੂ ਬੰਦ ਕੀਤੇ। ਇਹ ਸਾਡੇ ਭਰਾ ਦੀ ਇੱਕ ਦੀ ਡੈਥ ਹੋ ਗਈ, ਮਿਸਤਰੀ ਦੀ, ਮਿਸਤਰੀ ਕੰਮ ਕਰਦਾ ਸੀ, ਔਨ ਡਿਊਟੀ ਸੀ, ਰਾਤ ਉਹਦੀ ਅਚਾਨਕ ਡੈਥ ਹੋ ਗਈ। ਉਹ ਡੈਡ ਬੋਡੀ ਜਿਹੜੀ ਉਹ ਹਸਪਤਾਲ ਦੇ ਵਿੱਚ ਪਈ ਆ ਹਲੇ, ਅਤੇ ਸੁਬਹਾ ਦਾ ਅਸੀਂ ਦੇਖ ਰਹੇ ਸੀ, MD ਸਾਹਿਬ ਨਾਲ ਮੀਟਿੰਗ ਸੀਗੀ, ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀਗਾ ਵੀ ਤੁਹਾਡਾ ਜਿਹੜਾ ਵੀ ਉਹਦੇ ਪਿੱਛੇ ਪਰਿਵਾਰ ਨੂੰ ਉਹਦਾ ਹੱਕ ਮਿਲ ਸਕੇ। ਉਹ ਮੀਟਿੰਗ ਸਾਡੀ ਬੇਸ਼ਕ ਆ ਰਹੀ ਆ, ਕੁਛ ਵੀ ਨਹੀਂ ਮਿਲਿਆ, ਕਿਉਂਕਿ ਅਸੀਂ ਪਹਿਲਾਂ ਇੱਕ ਲੋਲੀਪੋਪ, ਕੁਛ ਮਹੀਨਾ ਪਿਛਲੇ ਮਹੀਨੇ ਸਾਡੇ ਭਰਾ ਦੀ ਡੈਥ ਹੋ ਗਈ ਸੀ, ਹੁਣ ਵੀ ਕੁਛ ਨਹੀਂ ਦਿੱਤਾ, ਅਸੀਂ ਕਹਿ ਕੇ ਵੀ ਕੋਈ ਗੱਲ ਨਹੀਂ, ਤੁਹਾਨੂੰ ਬਾਅਦ 'ਚ ਕਰ ਦਾਂਗੇ। ਅਸੀਂ ਮੰਗ ਕਰਦੇ ਸਾਡੇ ਮਹਿਕਮੇ ਤੋਂ, ਸਰਕਾਰ ਤੋਂ, ਵੀ ਸਾਡੇ ਭਰਾ ਨੂੰ ਜਿਹੜਾ ਬੰਦਾ ਉਹਦਾ ਹੱਕ ਦਿੱਤਾ ਜਾਵੇ। ਜੇ ਕੋਈ ਕੱਲ੍ਹ ਤੱਕ ਨਾ ਕੀਤਾ, ਕੱਲ੍ਹ ਨੂੰ ਡਿਪੂ ਸਾਡਾ ਅੱਜ ਹੀ 5 ਵਜੇ ਤੋਂ ਬਾਅਦ ਬੰਦਾ, ਕੱਲ੍ਹ ਨੂੰ 12 ਵਜੇ ਤੋਂ ਬਾਅਦ ਫਿਰ ਅਸੀਂ ਸਾਰੇ ਡਿਪੂ ਬੰਦ ਕਰਕੇ ਅਤੇ ਖਸਖਸ ਕਰਾਂਗੇ, ਡੈੱਡ ਬੋਡੀ ਰੱਖ ਕੇ ਇੱਥੇ ਗੇਟ 'ਚ ਸਾਰਾ ਡਿਪੂ ਬੰਦ ਕਰਕੇ, 12 ਵਜੇ ਤੋਂ ਬਾਅਦ ਸਾਰੇ ਡਿਪੂ ਬੰਦ ਕਰਾਂਗੇ। ਮੌਤ ਦਾ ਕਾਰਨ ਜੀ ਟੈਂਪਰੇਚਰ ਜ਼ਿਆਦਾ ਹੋਣ ਕਰਕੇ, ਗੱਡੀ ਬਾਹਰ ਟੈਂਡ ਕੀਤੀ ਸੀ ਬੰਦੇ ਨੇ, ਰੋਡ ਬਹੁਤ ਗਰਮ ਨੇ, ਤੁਹਾਨੂੰ ਪਤਾ ਹੀ ਆ ਗਰਮੀ ਬਹੁਤ ਜ਼ਿਆਦਾ, ਇਸ ਕਰਕੇ ਬੰਦਾ ਉਹ ਸ਼ਾਮ ਨੂੰ ਡਿਪੂ 'ਚ ਆ ਕੇ ਜ਼ਿਆਦਾ ਵਿਗੜ ਗਈ, ਪਹਿਲਾਂ ਉਹਨੂੰ ਕੁਛ ਬੁਖਾਰ ਸੀ ਅਤੇ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਰਾਤ ਨੂੰ ਹਸਪਤਾਲ ਜਾ ਕੇ। ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਜੀ, ਉਹਦੇ ਪਿੱਛੇ ਪਰਿਵਾਰ ਰਹਿ ਗਏ, 2 ਬੇਟੀ ਹੈ, 1 ਬੇਟਾ ਉਹਦੇ ਘਰ ਵਾਲੀ ਆ, ਮਾਂ ਵੀ ਬਿਮਾਰ ਆ ਜੀ, ਭਰਾ ਵੀ ਉਹਦਾ ਬਿਮਾਰ ਆ, ਉਹਦੇ ਸਿਰ 'ਤੇ ਪਰਿਵਾਰ ਚੱਲਦਾ ਸੀ ਪੂਰਾ, ਵੀ ਅਸੀਂ ਚਾਹੁੰਦੇ ਹਾਂ ਉਹਦੇ ਪਰਿਵਾਰ ਦੀ ਮਾਲੀ ਸਹਾਇਤਾ ਹੋ ਸਕੇ, ਕਿਉਂਕਿ ਪਹਿਲਾਂ ਵੀ ਅਸੀਂ ਖੁਦ ਇਕੱਠੇ ਕਰਕੇ ਦਿੰਦੇ ਪੈਸੇ ਹਰੇਕ ਮੁਲਾਜ਼ਮ ਨੂੰ, ਸਰਕਾਰ ਬੰਦੀਆਂ ਜਾਂ ਸਾਡੇ ਮਹਿਕਮੇ ਨੂੰ ਕਿਸੇ ਨੂੰ ਕੁਛ ਨਹੀਂ ਦਿੱਤਾ ਜਾਂਦਾ। ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੇ ਪਿੱਛੇ ਪੋਲਸੀ ਬਣਾਈ ਹੈ ਵੀ 40 ਲੱਖ ਰੁਪਏ ਦਿੱਤਾ ਜਾਊ ਹਰੇਕ ਵਰਕਰ ਨੂੰ, ਜੋ ਸਾਡੇ ਪੈਸੇ 40 ਲੱਖ ਦਿੱਤਾ ਜਾਵੇ ਉਹਦੀ ਮਾਲੀ ਮਦਦ ਹੋ ਜਾਵੇ, ਅਸੀਂ ਆਪਦਾ ਕੰਟੀਨਿਊ ਕੰਮ ਕਰੀਏ ਜੀ। ਕੱਚਾ ਵਰਕਰ ਸੀਗਾ ਜੀ ਉਹ, ਹੁਣੇ ਬਹਾਲ ਹੋਇਆ ਸੀ, ਆਜ਼ਾਦ ਯੂਨੀਅਨ 'ਚ ਸੀਗਾ ਜੀ, ਆਊਟਸੋਰਸਿੰਗ 'ਤੇ ਕੰਮ ਕਰਦਾ ਸੀ, ਨੌਕਰੀ ਦੀ ਮੰਗ ਕਰਦਾ। ਇੱਕ ਉਹਦੇ ਪਰਿਵਾਰ ਨੂੰ ਜਿਹੜੀ ਨੌਕਰੀ ਦਿੱਤੀ ਜਾਵੇ, ਬੇਟੇ ਨੂੰ, ਉਹਦੇ ਘਰ ਵਾਲੀ ਕਿਸੇ ਨੂੰ ਵੀ ਜੀ, ਅਤੇ ਉਹਦੀ ਤਨਖਾਹ 'ਚ ਲੱਗੂ ਰੱਖ।